ਵਿਸ਼ਵਾਸ ਸ਼ਬਦ ਚਾਹੇ ਛੋਟਾ ਹੈ ਪਰ ਇਸਦੇ ਮੈਨੇ ਇਸਦੇ ਅਰਥ ਬਹੁਤ ਵੱਡੇ ਨੇ ਤੇ ਗੁਰੂ ਤੇ ਵਿਸ਼ਵਾਸ ਦੇਖਣ ਨੂੰ ਇੱਕ ਲਾਈਨ ਲੱਗਦੀ ਹੈ ਇੱਕ ਪੰਕਤੀ ਲੱਗਦੀ ਹੈ ਪਰ ਜਿਸ ਨੂੰ ਇਹ ਗੱਲ ਸਮਝ ਆ ਗਈ ਕਿ ਗੁਰੂ ਤੇ ਵਿਸ਼ਵਾਸ ਕੀ ਚੀਜ਼ ਹੈ ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਅੱਜ ਦੀ ਗੱਲਬਾਤ ਦਾ ਵਿਸ਼ਾ ਗੁਰੂ ਤੇ ਵਿਸ਼ਵਾਸ ਦੇ ਨਾਲ ਸੰਬੰਧਿਤ ਹੈ ਇੱਕ ਮਹਾਨ ਵਿਦਵਾਨ ਲਿਖਦਾ ਹੈ ਕਿ ਵਰਲਡ ਵਾਰ 2 ਵਿਲਿਆਂ ਦੀ ਗੱਲ ਹੈ ਜਦੋਂ ਦੂਜੀ ਵਿਸ਼ਵ ਜੰਗ ਹੋ ਰਹੀ ਸੀ ਉਦੋਂ ਇੱਕ ਸਿੱਖ ਫੌਜੀ ਜੋ ਕਰਨਲ ਸੀ ਕਰਨਲ ਰੈਂਕ ਤੇ ਸੀ ਉਹ ਕਿਸੇ ਖਿੱਤੇ ਦੇ ਵਿੱਚ ਘਿਰਿਆ ਬੈਠਾ ਸੀ ਵਿਰੋਧੀ ਫੌਜਾਂ ਨੇ ਉਸ ਨੂੰ ਘੇਰ ਰੱਖਿਆ ਸੀ ਤੇ ਉਸ ਵੇਲੇ ਉਹ ਆਪਣੇ ਪਰਿਵਾਰ ਤੋਂ ਦੂਰ ਸੀ ਪਰ ਉਸ ਦਾ ਬੱਚਾ ਉਸ ਦੇ ਕੋਲ ਸੀ ਉਸ ਦੀ ਘਰ ਵਾਲੀ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚ ਚੁੱਕੀ ਸੀ ਹੁਣ ਆਪਣੇ ਬੱਚੇ ਦੇ ਨਾਲ ਜਿਸ ਕਮਰੇ ਦੇ ਵਿੱਚ ਉਹ ਫੌਜੀ ਬੈਠਾ ਸੀ ਉਹ ਫੌਜੀ ਬੜਾ ਦਿਮਾਗੀ ਸੀ ਦਿਮਾਗੀ ਹੋਣ ਕਰਕੇ ਹੀ ਉਹ ਜਿਹੜੀ ਵਿਸ਼ਵ ਜੰਗ ਦੂਸਰੀ ਹੈ ਉਹ ਲੜ ਰਿਹਾ ਸੀ ਉਸ ਦਿਮਾਗੀ ਹੋਣ ਕਰਕੇ ਉਸ ਨੂੰ ਪਤਾ ਸੀ ਕਿ ਜੇਕਰ ਬਾਹਰੋਂ ਗੋਲੀ ਆਵੇਗੀ ਮੇਰੇ ਕਮਰੇ ਦੇ ਵਿੱਚ ਤਾਂ ਕਿਹੜੀ ਥਾਂ ਤੇ ਵੱਜ ਸਕਦੀ ਹੈ ਇਸ ਤਰੀਕੇ ਨਾਲ ਉਸ ਨੇ ਸੋਫਾ ਧੂਕੇ ਇੱਕ ਪਾਸੇ ਕੀਤਾ ਹੋਇਆ ਸੀ ਜਿੱਥੇ ਗੋਲੀ ਨਾ ਪਹੁੰਚੇ ਤੇ ਆਪਣੇ ਇੱਕ ਸਾਲ ਤੋਂ ਵੀ ਛੋਟੀ ਉਮਰ ਦੇ ਬੱਚੇ ਨੂੰ ਉੱਥੇ ਬਿਠਾਇਆ ਹੋਇਆ ਸੀ ਆਪ ਉਹ ਇੰਤਜ਼ਾਰ ਕਰ ਰਿਹਾ ਸੀ ਕਿ ਕਿਹੜੇ ਵੇਲੇ ਫੌਜਾਂ ਇੱਥੇ ਆਉਂਦੀਆਂ ਨੇ ਇੱਕ ਵੇਲੇ ਉਹਦੇ ਦਿਮਾਗ ਵਿੱਚ ਸੋਚ ਆਉਂਦੀ ਖਿਆਲ ਆਉਂਦਾ ਕਿ ਮੈਂ ਖੁਦ ਨੂੰ ਮਾਰ ਲਵਾਂ ਦੂਜੇ ਪਾਸੇ ਉਹ ਆਪਣੇ ਸਿੱਖ ਧਰਮ ਬਾਰੇ ਸਿੱਖ ਇਤਿਹਾਸ ਬਾਰੇ ਸੋਚਦਾ ਕਿ ਸਾਨੂੰ ਸਿੱਖਿਆ ਕੀ ਦਿੱਤੀ ਹੋਈ ਹੈ ਗੁਰੂਆਂ ਪੀਰਾਂ ਨੇ ਸਾਡੇ ਵੱਡਿਆਂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਕਿਸੇ ਮੁਸੀਬਤ ਦੇ ਵਿੱਚ ਮੁਸੀਬਤ ਦੇ ਅੱਗੇ ਲੱਗ ਕੇ ਦੌੜ ਪੋ ਇਹ ਸਿਖਾਇਆ ਕਿ ਉਹਦਾ ਸਾਹਮਣਾ ਕਰੋ ਸੋ ਗੁਰੂਆਂ ਨੂੰ ਯਾਦ ਕਰਕੇ ਆਪਣੇ ਆਪ ਵਿੱਚ ਮਨ ਵਿੱਚੋਂ ਆਪਣੇ ਆਪ ਨੂੰ ਤਕੜਾ ਮਹਿਸੂਸ ਕਰਨ ਲੱਗਿਆ ਅਚਾਨਕ ਉਸ ਦਾ ਦਰਵਾਜ਼ਾ ਖੜਕਿਆ ਤੇ ਉਸ ਦੀ ਹਿੱਕ ਤੇ 5 4 ਕੁਝ ਮੋਟੀਆਂ ਚੀਜ਼ਾਂ ਮੋਟੀਆਂ ਛਾਇਆ ਆਣ ਵੱਜੀਆਂ ਇਹ ਜਦੋਂ ਉਹਦੀ ਹਿੱਕ ਤੇ ਆਣ ਵੱਜੀਆਂ ਤੇ ਉਹ ਬੇਸੁੱਧ ਹੋ ਕੇ ਡਿੱਗ ਪਿਆ ਪੂਰੇ 4-5 ਮਿੰਟਾਂ ਬਾਅਦ ਉਸ ਨੂੰ ਸੁਰਤ ਆਈ ਜਿਵੇਂ ਉਸ ਨੇ ਅੱਖਾਂ ਪੁੱਟੀਆਂ ਤੇ ਦੇਖਦਾ ਚਾਰ ਛਪੇਰੇ ਲੰਮੇ ਕੱਦ ਦੇ ਫੌਜੀ ਉਹਦੇ ਆਲੇ-ਦੁਆਲੇ ਖੜੇ ਹੋਏ ਨੇ ਉਹਨਾਂ ਦਾ ਵੀ ਇੱਕ ਕਰਨਲ ਸਾਹਮਣੇ ਖੜਿਆ ਹੋਇਆ ਉਸ ਨੂੰ ਪੁੱਛਦੇ ਨੇ ਆਪਣੀ ਭਾਸ਼ਾ ਦੇ ਵਿੱਚ ਕਿ ਦੱਸ ਕੀ ਚਾਹਣਾ ਤੇ ਉਹ ਉੱਤਰ ਦਿੰਦਾ ਕਿ ਮੈਂ ਕੁਝ ਨਹੀਂ ਚਾਹੁੰਦਾ ਜੋ ਤੁਹਾਡਾ ਮਨ ਕਰਦਾ ਉਹ ਕਰ ਲਵੋ ਸਾਹਮਣੇ ਵਾਲਾ ਕਰਨਲ ਇਹ ਸ਼ਬਦ ਸੁਣ ਕੇ ਹੈਰਾਨ ਹੋਇਆ ਕਿ ਇਸ ਨੇ ਰਹਿਮ ਕਿਉਂ ਨਹੀਂ ਮੰਗੀ ਇਸ ਨੇ ਇਹ ਕਿਉਂ ਨਹੀਂ ਕਿਹਾ ਕਿ ਮੈਨੂੰ ਜਾਨ ਦਿਓ ਪੀਰ ਉਹ ਪੁੱਛਦਾ ਕਿ ਬੱਚੇ ਦਾ ਕੀ ਕਰਨਾ ਹੈ ਤਾਂ ਉੱਤਰ ਦਿੰਦਾ ਕਿ ਜਿਹੜਾ ਜੰਗੀ ਕੈਦੀਆਂ ਦੇ ਬੱਚਿਆਂ ਦੇ ਨਾਲ ਵਿਹਾਰ ਹੁੰਦਾ ਹੈ ਉਹੀ ਕਰੋਗੇ ਹੋਰ ਕੀ ਕਰ ਸਕਦੇ ਹੋ ਉਹ ਕਹਿੰਦਾ ਠੀਕ ਹੈ ਵਿਰੋਧੀ ਫੌਜ ਦਾ ਜਿਹੜਾ ਕਰਨਲ ਸੀ ਉਹ ਕਹਿੰਦਾ ਕਿ ਚਲੋ ਠੀਕ ਹੈ ਉਹੀ ਕੁਛ ਕਰਦੇ ਹਾਂ ਉਸ ਨੂੰ ਕਹਿੰਦੇ ਫੜ ਕੇ ਧੂ ਲਿਆ ਗਿਆ ਫਰਸ਼ ਤੇ ਡਿੱਗਦਾ ਇੱਕ ਆਵਾਜ਼ ਪੈਦਾ ਹੁੰਦੀ ਉਸ ਕਮਰੇ ਚੋਂ ਜਿੰਨੇ ਜ਼ੋਰ ਨਾਲ ਫਰਸ਼ ਤੇ ਡਿੱਗਿਆ ਡਿੱਗਦਿਆਂ ਹੀ ਉਸ ਦੀਆਂ ਬਾਹਾਂ ਪਿੱਛੇ ਨਰ ਲੀਆਂ ਗਈਆਂ ਉਸ ਨੂੰ ਹੱਥ ਘੜੀਆਂ ਲਗਾ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਕਰਨਲ ਨੇ ਉਸ ਨੂੰ ਇਸ਼ਾਰੇ ਨਾਲ ਕਿਹਾ ਕਿ ਸੋਫੇ ਤੇ ਬੈਠੇ ਹੋਏ ਬੱਚੇ ਨੂੰ ਝੁੱਕ ਲੈ। ਉਸ ਨੇ ਬੰਨੀਆਂ ਹੋਈਆਂ ਬਾਹਾਂ ਦੇ ਨਾਲ ਆਪਣੇ ਬੱਚੇ ਨੂੰ ਆਪਣੇ ਹੱਥਾਂ ਤੇ ਲੈ ਲਿਆ। ਜਾ ਕੇ ਉਸ ਨੂੰ ਇੱਕ ਕੈਂਟਰ ਦੇ ਵਿੱਚ ਬਿਠਾ ਦਿੱਤਾ ਗਿਆ ਤੇ ਉਹ ਕੈਂਟਰ ਉੱਥੋਂ ਸਟਾਰਟ ਹੋ ਪਏ, ਚੱਲ ਪਏ। ਲਗਾਤਾਰ ਚੱਲਦੇ ਗਏ, ਪੈਂਡਾ ਮੁਕਾਉਂਦੇ ਗਏ। ਕਹਿੰਦੇ 4-5 ਘੰਟੇ ਚੱਲੇ। ਦੁਪਹਿਰ ਦੇ ਵੇਲੇ ਤੋਂ ਸ਼ੁਰੂ ਹੋਏ ਸੀ ਤੇ ਸ਼ਾਮ ਪੈਨ ਨੂੰ ਆਈ। ਹੁਣ ਉਹ ਬਾਹਰ ਵੱਲ ਦੇਖਦਾ ਜਾ ਰਿਹਾ ਸੀ। ਕਦੇ ਪੁੱਖ ਬਾਰੇ ਸੋਚਦਾ ਕਦੇ ਬੱਚੇ ਬਾਰੇ ਸੋਚਦਾ ਇੱਕ ਢੁਡਕੂ ਜਿਹਾ ਲੱਗਿਆ ਹੋਇਆ ਸੀ ਅੰਦਰੋਂ-ਬੰਦਰੀ ਇਸ ਕਰਨਲ ਦਾ ਇਸ ਸਿੱਖ ਫੌਜੀ ਦਾ ਮਨ ਫਿਸਦਾ ਵੀ ਜਾ ਰਿਹਾ ਸੀ ਕਿ ਮੇਰੇ ਨਾਲ ਜੋ ਹੋਣੀ ਹੈ ਹੋਣੀ ਹੈ ਬੱਚੇ ਦਾ ਪਤਾ ਨਹੀਂ ਕੀ ਕਰਨਗੇ ਪਤਾ ਨਹੀਂ ਮੇਰੇ ਨਾਲ ਜੰਗੀ ਕੈਦੀਆਂ ਵਾਲਾ ਵਿਹਾਰ ਹੋਏਗਾ ਕਿ ਬਾਸਲ ਜਾ ਕੇ ਗੋਲੀ ਮਾਰ ਦੇਣਗੇ ਬੜੀ ਲੰਮੀ ਚੌੜੀ ਕਸ਼ਮਕਸ਼ ਉਸ ਫੌਜੀ ਦੇ ਮਨ ਵਿੱਚ ਚੱਲਦ ਰਹੀ ਸੀ ਸ਼ਾਮ ਹੋਣ ਕਾਰਨ ਹੁਣ ਉਹ ਬਾਹਰ ਵਾਲੇ ਪਾਸੇ ਦੇਖ ਰਿਹਾ ਸੀ ਦੂਰ ਦੂਰ ਤੱਕ ਕੋਈ ਬੰਦਾ ਨਾ ਬੰਦੇ ਦੀ ਜਾਤ ਨਾ ਕੋਈ ਕਾਰ ਨਾ ਕੁਝ ਹੋਰ ਉਸ ਨੂੰ ਕੁਝ ਵੀ ਨਜ਼ਰ ਨਹੀਂ ਸੀ ਪੈ ਰਿਹਾ ਬੜੀ ਇੱਕ ਸੁੰਨਸਾਨ ਪਸਰੀ ਹੋਈ ਸੀ ਉਸ ਕੈਂਟਰ ਦੇ ਵਿੱਚ ਵੀ ਸ਼ਾਂਤੀ ਸੀ ਜੇ ਆਵਾਜ਼ ਆਉਂਦੀ ਸੀ ਤੇ ਉਸ ਕੈਂਟਰ ਦੇ ਇੰਜਨ ਦੀ ਆ ਰਹੀ ਸੀ ਉਹ ਕੀ ਦੇਖਦਾ ਦੂਰੋਂ ਉਸ ਨੂੰ ਇੱਕ ਨਿਸ਼ਾਨ ਸਾਹਿਬ ਦਿਖਦਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਉਦੋਂ ਜਿਹੜੇ ਯੂਰਪੀ ਦੇਸ਼ ਸੀ ਉੱਥੇ ਵੀ ਨਿਸ਼ਾਨ ਸਾਹਿਬ ਲੱਗੇ ਹੋਏ ਸੀ ਕਿਤੇ ਕਿਤੇ ਗੁਰਦੁਆਰਾ ਸਾਹਿਬ ਸੀ ਜਦੋਂ ਉਸ ਨੂੰ ਗੁਰਦੁਆਰਾ ਸਾਹਿਬ ਦੱਸਿਆ ਤੇ ਉਸ ਨੂੰ ਕਹਿੰਦੇ ਇੱਕ ਸ਼ਾਂਤੀ ਮਿਲੀ ਤੇ ਇੱਕ ਤਾਕਤ ਵੀ ਮਿਲੀ ਉਸਨੇ ਜਿਨ੍ਹਾਂ ਨੇ ਉਸ ਨੂੰ ਫੜਿਆ ਹੋਇਆ ਸੀ ਉਹਨਾਂ ਫੌਜੀਆ ਨੂੰ ਬੇਨਤੀ ਕੀਤੀ ਗੁਜ਼ਾਰਿਸ਼ ਕੀਤੀ ਕਿ ਮੈਂ ਚਾਹੁੰਦਾ ਕਿ ਮੈਂ ਇੱਕ ਵਾਰੀ ਮੱਥਾ ਟੇਕ ਲਵਾਂ ਉਹਨਾਂ ਨੇ ਆਪਣੇ ਕਰਨਲ ਨੂੰ ਦੱਸਿਆ ਕਿ ਇਸ ਭਾਈ ਦੇ ਆਵਲ ਬਲੇ ਨੇ ਇਹ ਨਿਸ਼ਾਨ ਸਾਹਿਬ ਦੇਖ ਕੇ ਗੁਰਦੁਆਰਾ ਸਾਹਿਬ ਵੱਲ ਹੱਥ ਕਰਕੇ ਕਹਿ ਰਿਹਾ ਹੈ ਕਿ ਮੈਂ ਮੱਥਾ ਟੇਕਣ ਦਾ ਚਾਹਵਾਨ ਹਾਂ ਕਰਨਲ ਕਹਿੰਦਾ ਠੀਕ ਹੈ ਇਸ ਨੂੰ ਮੱਥਾ ਟਿਕਵਾ ਦਿਓ ਉਹ ਵੀ ਕਰਨਲ ਸੀ ਤੇ ਆਪਣਾ ਸਿੱਖ ਫੌਜੀ ਵੀ ਕਰਨਲ ਸੀ ਕਹਿੰਦੇ ਠੀਕ ਹੈ ਉਸ ਦੀਆਂ ਹੱਥਕੜੀਆਂ ਖੋਲ ਦਿੱਤੀਆਂ ਗਈਆਂ ਹੱਥਕੜੀਆਂ ਖੁਲਵਾ ਕੇ ਉਸ ਨੇ ਬੱਚੇ ਨੂੰ ਬਿਠਾ ਲਿਆ ਦੁਬਾਰਾ ਚੁੱਕ ਲਿਆ ਚੁੱਕ ਕੇ ਅੰਦਰ ਲੈ ਗਿਆ ਅੰਦਰ ਦਰਬਾਰ ਸਾਹਿਬ ਸੀ ਜਿਹੜਾ ਜਿੱਥੇ ਗੁਰੂ ਸਾਹਿਬ ਸ਼ਸ਼ੋਭਤ ਸਨ ਉੱਥੇ ਬਹੁਤ ਥੋੜੀ ਗਿਣਤੀ ਦੇ ਵਿੱਚ ਸੰਗਤ ਸੀ ਐਵੇਂ ਕੋਈ ਪੰਜ ਸੱਤ ਜੀ ਹੋਣ ਜਿਵੇਂ ਉੱਥੇ ਜਾ ਕੇ ਉਸ ਨੇ ਬੱਚੇ ਨੂੰ ਪਰਮਾਤਮਾ ਜੀ ਦੇ ਅੱਗੇ ਲੰਮੇ ਪਾਇਆ ਆਪ ਮੱਥਾ ਟੇਕਿਆ ਤੇ ਬੱਚੇ ਨੂੰ ਉੱਥੇ ਛੱਡ ਕੇ ਪੁੱਠੇ ਪੈਰੀਂ ਵਾਪਸ ਆ ਗਿਆ ਸਾਰੇ ਦੇਖ ਕੇ ਹੈਰਾਨ ਹੋ ਰਹੇ ਸੀ ਕਿ ਬੱਚੇ ਨੂੰ ਲੈ ਕੇ ਆਇਆ ਵਾਪਸ ਲੈ ਕੇ ਨਹੀਂ ਗਿਆ ਪਰ ਉਸ ਦੀ ਹਾਲਤ ਤੋਂ ਭਲੀ ਭਾਂਤ ਪਤਾ ਲੱਗ ਰਿਹਾ ਸੀ ਕਿ ਇਹ ਕੋਈ ਜੰਗੀ ਕੈਦੀ ਹੈ ਕਹਿੰਦੇ ਕਿ ਲੋਕ ਇਸ ਗੱਲ ਤੋਂ ਵੀ ਹੈਰਾਨ ਹੋਏ ਤੇ ਉਦੋਂ ਵੱਧ ਹੈਰਾਨ ਇਸ ਗੱਲ ਤੋਂ ਹੋਏ ਕਿ ਬੱਚਾ ਜਾਗਦਾ ਸੁੱਤਾ ਨਹੀਂ ਪਰ ਉਹ ਤੋਂ ਨਿਕਲ ਵੀ ਗਿਆ ਰੋਇਆ ਨਹੀਂ ਕਿੰਨਾ ਸ਼ਾਂਤ ਚਿੱਤ ਹੋ ਕੇ ਬੈਠਾ ਤੇ ਫੌਜੀਆ ਨੇ ਵੀ ਉਸ ਨੂੰ ਇਹ ਨਹੀਂ ਪੁੱਛਿਆ ਜਿਨ੍ਹਾਂ ਨੇ ਉਹਨੂੰ ਹਿਰਾਸਤ ਚ ਲਿਆ ਸੀ ਕਿ ਭਾਈ ਤੂੰ ਬੱਚਾ ਅੰਦਰ ਕਿਉਂ ਛੱਡ ਦਿੱਤਾ ਫੌਜੀਆ ਨੇ ਉਸ ਨੂੰ ਬਿਠਾ ਲਿਆ ਤੇ ਫਿਰ ਧੂੜ ਪਟਦੇ ਹੋਏ ਕੈਂਟਰ ਅੱਖਾਂ ਤੋਂ ਓਲੇ ਹੋ ਗਏ ਉਹ ਬੱਚਾ ਰੋਇਆ ਨਹੀਂ ਕੋਈ ਸਮਾਂ ਉਸਨੇ ਇੰਤਜ਼ਾਰ ਕੀਤਾ ਜਿਵੇਂ ਸ਼ਾਇਦ ਪ੍ਰਮਾਤਮਾ ਦੇ ਕਿਸੇ ਹੁਕਮ ਦੀ ਉਡੀਕ ਕਰ ਰਿਹਾ ਹੋਵੇ ਫਿਰ ਕਹਿੰਦੇ ਜਿਹੜੇ ਸਭ ਤੋਂ ਉਸਦੇ ਨੇੜਲਾ ਇੱਕ ਜੋੜਾ ਬੈਠਾ ਹੋਇਆ ਸੀ ਬੱਚਾ ਭੱਜ ਕੇ ਉਹਨਾਂ ਦੀ ਗੋਦੀ ਜਾ ਚੜਿਆ ਹੁਣ ਜਿਹੜੀ ਉੱਥੇ ਉਹ ਲੜਕੀ ਬੈਠੀ ਸੀ ਜਿਹੜੀ ਚਿਹਰਾ ਤੋਂ ਔਲਾਦ ਦੀ ਉਡੀਕ ਕਰ ਰਹੀ ਸੀ ਜਦੋਂ ਬੱਚਾ ਉਹਦੀ ਗੋਦੀ ਜਾ ਕੇ ਬੈਠ ਗਿਆ ਤੇ ਉਸਨੂੰ ਇਸ ਤਰ੍ਹਾਂ ਲੱਗਿਆ ਕਿ ਪ੍ਰਮਾਤਮਾ ਨੇ ਮੇਰੀ ਸੁਣ ਲਈ ਹੈ ਜਿਵੇਂ ਪ੍ਰਮਾਤਮਾ ਨੇ ਆਪਣੇ ਦਰ ਤੋਂ ਉਸ ਨੂੰ ਔਲਾਦ ਦੇ ਕੇ ਨਵਾਜ਼ ਦਿੱਤਾ। ਉਹ ਮੀਆਂ ਬੀਵੀ ਬਹੁਤ ਖੁਸ਼ ਹੋਈ। ਉਹਨਾਂ ਨੇ ਗੁਰੂ ਘਰ ਦੇ ਪ੍ਰਬੰਧਕਾਂ ਦੇ ਨਾਲ ਗੱਲ ਕੀਤੀ। ਸੰਗਤ ਜਿਹੜੀ ਬੈਠੀ ਸੀ ਉਹਨਾਂ ਤੋਂ ਵੀ ਸਲਾਹ مشورہ ਲਿਆ। ਤੇ ਸਾਰਿਆਂ ਨੇ ਕਿਹਾ ਕਿ ਇਹ ਜੰਗੀ ਕੈਦੀ ਸੀ। ਆਪਣਾ ਬੱਚਾ ਚੰਗੇ ਪੁਵਿੱਖ ਦੀ ਕਾਮਨਾ ਲਈ ਇੱਥੇ ਛੱਡ ਗਿਆ ਤੇ ਗੁਰੂ ਤੇ ਭਰੋਸਾ ਸੀ, ਗੁਰੂ ਤੇ ਵਿਸ਼ਵਾਸ ਸੀ। ਨਹੀਂ ਤੇ ਉਹਦੇ ਬੱਚੇ ਨਾਲ ਖੌਰੇ ਕੀ ਵਾਪਰਨੀ ਸੀ ਤੇ ਜੰਗੀ ਕੈਦੀਆਂ ਦਾ ਸਾਨੂੰ ਪਤਾ ਹੈ। ਜੰਗੀ ਕੈਦੀਆਂ ਦੇ ਨਾਲ ਕੀ ਵਿਹਾਰ ਕਰਦੇ ਆ। ਆਪਸ ਦੇ ਵਿੱਚ ਸਲਾਮਸ਼ੁਬਰੇ ਚੱਲ ਰਹੇ ਸਨ ਕਿ ਇਸ ਇਨਸਾਨ ਨੇ ਸਿਪਾਈ ਨੇ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਬੱਚਾ ਜੇ ਪਰਮਾਤਮਾ ਦੇ ਉਹ ਹਵਾਲੇ ਕਰ ਗਿਆ ਤੇ ਕੋਈ ਗੱਲ ਨਹੀਂ ਇਹ ਬੇਔਲਾਦ ਜੋੜਾ ਹੈ ਤੇ ਇਸ ਨੂੰ ਬੱਚਾ ਲੈ ਜਾਂਦੇ ਹੋ ਪਾਲਣ ਪੋਸ਼ਣ ਕਰਨਗੇ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਦੇ ਨਾਮ ਪਤੇ ਲਿਖ ਲੈ ਉਹਨਾਂ ਤੇ ਜਿਹੜੀ ਲਿਖਤੀ ਸੀ ਲਿਖਤਾ ਪੜhti ਲਿਖਤੀ ਕਾਰਵਾਈ ਉਹ ਕਰ ਲਈ ਤੇ ਬੱਚਾ ਉਹਨਾਂ ਨੂੰ سپਰਦ ਕਰ ਦਿੱਤਾ ਸਮਾਂ ਬੀਤਦਾ ਗਿਆ ਕਹਿੰਦੇ ਉਸ ਬੱਚੇ ਦਾ ਨਾਮ ਇਸ ਪਰਿਵਾਰ ਨੇ ਬੰਨੀ ਰੱਖਿਆ ਕਿਉਂਕਿ ਉਹ ਸਿੱਖ ਕੈਦੀ ਸੀ ਜਿਹੜਾ ਸਿੱਖ ਫੌਜੀ ਸੀ ਹੁਣ ਕੈਦੀ ਬਣਿਆ ਹੋਇਆ ਸੀ ਉਸਨੇ ਕੁਝ ਵੀ ਗੱਲਬਾਤ ਨਹੀਂ ਸੀ ਕੀਤੀ ਚੁੱਪਚਾਪ ਆਇਆ ਸੀ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਤੇ ਉਵੇਂ ਹੀ ਵਾਪਸ ਚਲੇ ਗਿਆ ਹੁਣ ਇਹਨਾਂ ਨੇ ਬੱਚੇ ਦਾ ਨਾਮ ਬੰਨੀ ਰੱਖ ਦਿੱਤਾ ਹੁਣ ਕਹਿੰਦੇ ਕਈ ਸਾਲਾਂ ਬਾਅਦ ਬੰਨੀ ਪੁੱਛਦਾ ਪੁਛਾਉਂਦਾ ਉਸ ਪਿੰਡ ਪਹੁੰਚਿਆ ਜਿਸ ਪਿੰਡ ਦੇ ਨਾਲ ਉਸ ਕਰਨਲ ਦਾ ਤਾਲੁਕ ਸੀ ਉਸ ਕਰਨਲ ਦਾ ਘਰ ਪੁੱਛ ਕੇ ਉਸਦੇ ਘਰ ਚਲਿਆ ਗਿਆ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਉਂਦਾ ਤੇ ਕੀ ਦੇਖਦਾ ਕਿ ਪੱਗ ਬੰਨੀ ਖੁੱਲਾ ਦਾੜਾ ਛੱਡਿਆ ਹੋਇਆ ਮੁੱਛਾਂ ਨੂੰ ਤਾਅ ਦਿੱਤਾ ਹੋਇਆ ਇੱਕ ਸਿਹਤਮੰਦ ਬੰਦਾ ਅੰਦਰੋਂ ਨਿਕਲਦਾ ਹੈ ਉਮਰ ਤਾਂ ਉਸਦੀ ਠੀਕ ਠਾਕ ਸੀ ਜਿਵੇਂ 55 ਸਾਲ ਹੋਵੇ ਪਰ ਸ਼ਕਲੋਂ ਇਸ ਤਰ੍ਹਾਂ ਲੱਗਦਾ ਸੀ ਕਿ ਬੜਾ ਰੂਪਦਾਰ ਇਨਸਾਨ ਰਿਹਾ ਬੜਾ ਜਸ਼ੀਲਾ ਇਨਸਾਨ ਰਿਹਾ ਹੋਵੇਗਾ ਜਵਾਨੀ ਵੇਲੇ ਜਦੋਂ ਬਾਹਰ ਆਉਂਦਾ ਹੈ ਤੇ ਪੁੱਛਦਾ ਹੈ ਕਿ ਹਾਂ ਭਾਈ ਕੌਣ ਹੋ ਕਿਸ ਕੰਮ ਆਏ ਹੋ ਅਗੋਂ ਬੰਨੀ ਉੱਤਰ ਦਿੰਦਾ ਹੈ ਬੜੀ ਹੈਰਾਨੀ ਦੀ ਗੱਲ ਹੈ ਜੇ ਜੰਮਣ ਵਾਲੇ ਦਾ ਪਛਾਣਨ ਤੇ ਹੋਰ ਕਿਸ ਨੇ ਪਹਿਚਾਨਣਾ ਕਹਿੰਦੇ ਇਹ ਗੱਲ ਕਰਨ ਦੀ ਧੀਰ ਸੀ ਕਿ ਉਹ ਬੰਦਾ ਪਿਗਲ ਗਿਆ ਫੌਜੀ ਛੇਤੀ ਕੀਤਿਆਂ ਪਿਗਲਦੇ ਨਹੀਂ ਉਸਨੇ ਉਸਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ ਫਿਰ ਉਸਨੂੰ ਕਿੰਨਾ ਚਿਰ ਨਹੀਂ ਛੱਡਿਆ ਆਂਡੀਆਂ ਗਵਾਂਡੀਆਂ ਨੇ ਨਗਰ ਵਾਲਿਆਂ ਨੇ ਪਹਿਲੀ ਵਾਰ ਉਸ ਕਰਨਲ ਦੀ ਉਸ ਫੌਜੀ ਦੀ ਅੱਖਾਂ ਦੇ ਵਿੱਚ ਪਾਣੀ ਵੇਖਿਆ ਸੀ ਤੇ ਪਹਿਲੀ ਵਾਰ ਹੀ ਦੇਖਿਆ ਸੀ ਕਿ ਉਸਨੇ ਕਿਸੇ ਨੂੰ ਗਲੇ ਲਾਇਆ ਹੋਵੇ ਨਹੀਂ ਤੇ ਹੁਣ ਉਹ ਬਹੁਤ ਰੁੱਖੇ ਜਿਹੇ ਸੁਭਾਅ ਦਾ ਮਾਲਕ ਹੋ ਗਿਆ ਸੀ ਬੈਠੇ ਸਾਰੀ ਰਾਤ ਗੱਲਾਂ ਕਰਦੇ ਹੁੰਦੇ ਨਿਕਲੀ ਅਗਲੇ ਦਿਨ ਉਸਨੇ ਪੁੱਛਿਆ ਕਿ ਤੁਹਾਡੀ ਕੀ ਮਜਬੂਰੀ ਬਣ ਗਈ ਸੀ ਉਸਨੇ ਕਿਹਾ ਕਿ ਜੋ ਵੀ ਸੀ ਮਜਬੂਰੀ ਬਾਰੇ ਮੈਂ ਤੈਨੂੰ ਦੱਸਾਂਗਾ ਪਰ ਤੂੰ ਮੇਰੇ ਪਰੋਸੇ ਦੀ ਵੇਖ ਮੇਰੇ ਵਿਸ਼ਵਾਸ ਦੀ ਦੇਖ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਸੀ ਮੈਂ ਤੈਨੂੰ ਉੱਥੇ ਛੱਡ ਗਿਆ ਤੇ ਮੈਨੂੰ ਪਰਮਾਤਮਾ ਤੇ ਆਸ ਸੀ ਵਿਸ਼ਵਾਸ ਸੀ ਕਿ ਇੱਕ ਨਾ ਇੱਕ ਦਿਨ ਆਪਾਂ ਫਿਰ ਇਕੱਠੇ ਹੋਵਾਂਗੇ ਮੈਂ ਤੇ ਹੁਣ ਤੱਕ ਅੱਖਾਂ ਦੇ ਵਿੱਚ ਉਹੀ ਛੋਟਾ ਜਿਹਾ ਆਪਣਾ ਪੁੱਤਰ ਮਹਿਸੂਸ ਕਰਦਾ ਰਿਹਾ ਜਿਸ ਨੂੰ ਮੈਂ ਉੱਥੇ ਗੁਰੂ ਘਰ ਬਿਠਾ ਗਿਆ ਸੀ ਤੇ ਅੱਜ ਤੈਨੂੰ ਥਮਲੇ ਜਿੱਡੇ ਜਵਾਨ ਨੂੰ ਦੇਖ ਕੇ ਰੂਹ ਖੜ ਗਈ ਐ ਮਨ ਖੁਸ਼ ਹੋ ਗਿਆ ਸੋ ਜਿਸ ਨੂੰ ਪ੍ਰਮਾਤਮਾ ਤੇ ਵਿਸ਼ਵਾਸ ਹੈ ਜਿਸ ਨੂੰ ਪ੍ਰਮਾਤਮਾ ਤੇ ਭਰੋਸਾ ਹੈ ਉਸ ਨੂੰ ਪ੍ਰਮਾਤਮਾ ਲੰਮੇ ਸਮੇਂ ਬਾਅਦ ਵੀ ਉਸ ਦੀ ਝੋਲੀ ਉਸ ਦਾ ਮੰਗਿਆ ਹੋਇਆ ਫਲ ਪਾ ਦਿੰਦਾ ਤੇ ਜਿਸ ਨੂੰ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਉਹ ਦਿਨ ਰਾਤ ਕਦੀ ਕਿਤੇ ਜਾ ਕੇ ਨੱਕ ਰਗੜਦਾ ਕਦੀ ਕਿਤੇ ਜਾ ਕੇ ਤੇ ਪ੍ਰਮਾਤਮਾ ਦੇ ਅੱਗੇ ਪ੍ਰਮਾਤਮਾ ਨੂੰ ਗਿਲੇ ਸ਼ਿਕਵੇ ਕਰਦਾ ਰਹਿੰਦਾ ਪ੍ਰਮਾਤਮਾ ਉਹਦੀ ਝੋਲੀ ਕਿੱਥੋਂ ਕੁਝ ਪਾ ਦੇ ਵਿਸ਼ਵਾਸ ਦੀ ਤਾਕਤ ਬਹੁਤ ਵੱਡੀ ਤਾਕਤ ਹੈ ਵਿਸ਼ਵਾਸ ਰੱਖਿਆ ਪ੍ਰਮਾਤਮਾ ਤੋਂ ਹਰ ਇੱਕ ਚੀਜ਼ ਪ੍ਰਾਪਤ ਕਰ ਲਈ ਜਾਂਦੀ ਹੈ ਵਿਸ਼ਵਾਸ ਹੋਣਾ ਥੋੜਾ ਜਿਹਾ ਔਖਾ ਹੈ ਪਰ ਪ੍ਰਮਾਤਮਾ ਤੇ ਕਰਕੇ ਵੇਖੋ ਹਰ ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਕਿ ਉਹ ਪ੍ਰਮਾਤਮਾ ਤੇ ਵਿਸ਼ਵਾਸ ਕਰ ਲਵੇ ਪਰ ਜਿਸ ਨੂੰ ਇਹ ਗੱਲ ਸਮਝ ਆ ਗਈ ਕਿ ਵਿਸ਼ਵਾਸ ਦੀ ਤਾਕਤ ਦੇ ਨਾਲ ਸਾਰਾ ਜਹਾਨ ਜਿੱਤਿਆ ਜਾ ਸਕਦਾ ਹੈ ਉਹ ਬੰਦਾ ਸੱਚਮੁੱਚ ਇਹ ਜੀਵਨ ਸੁਧਾਰ ਲੈਂਦਾ ਹੈ